ਸਸ਼ਿਕਾਲ ਮੈਂ ਗੁਰਲੀਨ ਕੌਰ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ। ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਇੱਕ ਨਵੀਂ ਰਣਨੀਤੀ ਜਿਹੜੀ ਹੈ ਅਪਣਾ ਲਿੱਤੀ ਗਈ ਹੈ। ਜੀ ਹਾਂ, ਮਾਨ ਸਰਕਾਰ ਨੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਇੱਕ ਨਵਾਂ ਫੈਸਲਾ ਲੈ ਲਿਆ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਪਹਿਲੇ ਦਿਨ ਤੋਂ ਮਾਨ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਨਵੇਂ ਨਵੇਂ ਸਟੈਪ ਚੱਕਦੀ ਨਜ਼ਰ ਆ ਰਹੀ ਹੈ ਤੇ ਇਥੇ ਤੱਕ ਕਿ ਭ੍ਰਿਸ਼ਟਾਚਾਰ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੇ ਲਈ ਮਾਨ ਸਰਕਾਰ ਵੱਲੋਂ ਆਪਣੇ ਮੰਤਰੀ ਤੱਕ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੇ ਲਈ ਮਾਨ ਸਰਕਾਰ ਨੇ ਇੱਕ ਨਵਾਂ ਫੈਸਲਾ ਲੈ ਲਿੱਤਾ ਹੈ। ਜੀ ਹਾਂ, ਮਾਨ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਕਿ ਹੁਣ ਜਿਹੜਾ ਪੰਜਾਬ ਦਾ ਮਾਲ ਵਿਭਾਗ ਹੈ ਹੁਣ ਉਹ ਵੀ ਡਿਜੀਟਲ ਕਰ ਦਿੱਤਾ ਜਾਵੇਗਾ। ਜੀ ਹਾਂ, ਮਾਨ ਸਰਕਾਰ ਨੇ ਪੰਜਾਬ ਦੇ ਮਾਲ ਵਿਭਾਗ ਨੂੰ ਵੀ ਹੁਣ ਡਿਜੀਟਲ ਕਰ ਦਿੱਤਾ ਹੈ ਤੇ ਮਾਲ ਵਿਭਾਗ ਦੇ ਡਿਜੀਟਲ ਹੋਣ ਦੇ ਨਾਲ ਜਿਹੜੀਆਂ ਫਰਦਾਂ ਨੇ ਉਹ ਲੋਕਾਂ ਤੱਕ ਹੋਮ ਡਿਲੀਵਰੀ ਕਰਵਾਈ ਜਾਏਗੀ ਤੇ ਜਿਹੜੀ ਮਾਲ ਵਿਭਾਗ ਦੀ ਸਾਰੀ ਗਿਰਦਾਵਰੀ ਹੈ ਉਹ ਲੋਕ ਘਰ ਬੈਠੇ ਫੋਨ ਤੇ ਹੀ ਦੇਖ ਪਾਣਗੇ ਤੇ ਇਹ ਵੀ ਦੱਸਣਯੋਗ ਹੈ ਕਿ ਮਾਲ ਵਿਭਾਗ ਦੇ ਆਨਲਾਈਨ ਹੋਣ ਦੇ ਨਾਲ ਜਿਹੜਾ ਲੋਕਾਂ ਦਾ ਹਰ ਅਕਾਊਂਟ ਹੋਵੇਗਾ ਉਹ ਫੋਨ ਦੇ ਨਾਲ ਹੀ ਰਜਿਸਟਰ ਕੀਤਾ ਜਾਵੇਗਾ ਤੇ ਇਸ ਦੇ ਲਈ ਮਾਨ ਸਰਕਾਰ ਇੱਕ ਆਨਲਾਈਨ ਪੋਰਟਲ ਵੀ ਲਾਂਚ ਕਰੇਗੀ। ਜੀ ਹਾਂ, ਮਾਲ ਵਿਭਾਗ ਨੂੰ ਆਨਲਾਈਨ ਕਰਨ ਦੇ ਨਾਲ ਮਾਨ ਸਰਕਾਰ ਜਿਹੜੀ ਹੈ ਉਹ ਇਸ ਦੇ ਲਈ ਇੱਕ ਆਨਲਾਈਨ ਪੋਰਟਲ ਵੀ ਲਾਂਚ ਕਰੇਗੀ ਤੇ ਆਨਲਾਈਨ ਪੋਰਟਲ ਦੇ ਲਾਂਚ ਹੋਣ ਦੇ ਨਾਲ ਜਿਹੜੀ ਮਾਲ ਵਿਭਾਗ ਦੇ ਸਾਰੇ ਐਕਸ਼ਨਸ ਨੇ ਨਵੇਂ ਸਟੈਪਸ ਲਿੱਤੇ ਜਾਣਗੇ ਮਾਲ ਵਿਭਾਗ ਦੇ ਵੱਲੋਂ ਉਹ ਲੋਕਾਂ ਤੱਕ ਘਰ ਬੈਠੇ ਆਨਲਾਈਨ ਹੀ ਪਹੁੰਚਾਏ ਜਾਣਗੇ ਤੇ ਜਿਹੜਾ ਹਰ ਬੰਦੇ ਦਾ ਅਕਾਊਂਟ ਹੋਏਗਾ ਉਸਦੇ ਨੰਬਰ ਦੇ ਨਾਲ ਹੀ ਲਿੰਕ ਕੀਤਾ ਜਾਵੇਗਾ। ਘਰ ਬੈਠੇ ਆਮ ਜਨਤਾ ਨੂੰ SMS ਜਾਂ ਆਨਲਾਈਨ ਈਮੇਲ ਦੇ ਰਾਹੀਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ। ਜੀ ਹਾਂ, ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਇੱਕ ਨਵੀਂ ਰਣਨੀਤੀ ਅਪਣਾ ਲਿੱਤੀ ਗਈ ਹੈ। ਜੀ ਹਾਂ, ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਨ ਦੇ ਲਈ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਹੈ। ਹੁਣ ਪੰਜਾਬ ਦਾ ਮਾਲ ਵਿਭਾਗ ਵੀ ਡਿਜੀਟਲ ਕਰ ਦਿੱਤਾ ਜਾਵੇਗਾ। ਤੁਸੀਂ ਮਾਨ ਸਰਕਾਰ ਦੇ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ।